ਨਸ਼ਿਆਂ ਦਾ ਸਤਿਕਾਰ ਕਰਦੇ ਹੋਏ ਸਾਹਮਣੇ ਰੱਖੀ ਦੇਸ਼ਾਂ ਨੇ ਕਿ ਨਸ਼ਿਆਂ ਦਾ ਸਾਈ ਘਾਟ ਕਰਨ ਵਾਲਾ ਹੋਣ ਦੇ ਸੰਦ ਤਾਂ ਗੁਰਦੇਵ ਸਿੰਘ ਜੀ ਬਣ ਗਏ ਅੱਜ ਬਹੁਤ ਵੱਡਾ ਇਹ ਦੌਰ ਚੱਲਿਆ ਨਸ਼ਿਆਂ ਦਾ ਹੜ ਆਇਆ ਹੈ ਪੰਜਾਬ ਦੇ ਵਿੱਚ ਕਿ ਆਉਣਾ ਸਮਾਂ ਬੜਾ ਖਤਮ ਆ ਗਿਆ ਮੇਰੇ ਵੀਰੋ ਕਿ ਉਹ ਜੇ ਮਹਾਂਪੁਰਸ਼ ਦੇ ਵਧਣਗੇ ਤੇ ਫਿਰ ਹੀ ਗੱਲ ਬਣੇਗੀ ਉਹਦੇ ਸਾਹਮਣੇ ਦੇਖੋ ਪਹਿਲਾਂ ਦੇ ਮਹਾਂਪੁਰਸ਼ ਹੋ ਰਿਹਾ ਪਟਿਆਲਾ ਗੌਰਵ ਮਾਜੀ ਵਾਲਾ ਤੇ ਪਹਿਲਾ ਨਾਮ ਧਰਮਿੰਦਰ ਮੋਹਾਲੀ ਇਹ ਸਾਰੇ ਸਟੇਜ ਦੇ ਸਾਹਮਣੇ ਆ ਗਏ ਨੇ ਇਹਨਾਂ ਦਾ ਵੀ ਗੇੜਾ ਘੜਨਾ ਕਹਿੰਦੇ ਬਹੁਤ ਵੱਡੇ ਮੱਲ ਬਹੁਤ ਵੱਡੇ ਮੱਲ ਹੈਗੇ ਮੱਲਾਂ ਦੇ ਮੱਲ ਹੈ ਇਹ ਛੋਟੇ ਮੱਲ ਨਹੀਂ ਹੈ ਛੋਟੇ ਇਹ ਗਾਮੇ ਦੀਆਂ ਗੱਲਾਂ ਹੋਈਆਂ ਤੇ ਗੱਲਾਂ ਹੋਇਆ ਕਰਨਗੀਆਂ ਜੱਸੇ ਪੱਟੀ ਦੀਆਂ ਵੀ ਗੱਲਾਂ ਗੌਰਵ ਮਾਜੀ ਵਾਲੇ ਦੀਆਂ ਹੋਇਆ ਕਰਨਗੀਆਂ ਜੀ ਉਹਨਾਂ ਖੀਆਂ ਦੇ ਵਿੱਚ ਇਹ ਗੱਲਾਂ ਹੋਈਆਂ ਜਦੋਂ ਪਹਿਲੇ ਆਉਂਦੀਆਂ ਜੇ ਅੰਤਰੀ ਦੀਆਂ ਗੱਲਾਂ ਅੱਜ ਤੱਕ ਹੁੰਦੀਆਂ ਬਣੀ ਜੀ ਤੇ ਗੱਲਾਂ ਹੋਣਗੀਆਂ ਇਹਨਾਂ ਤੋਂ ਹੋਣਗੀਆਂ ਕੋਈ ਐਸੀ ਗੱਲ ਨਹੀਂ ਦੇਖਿਓ ਬੰਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਕਬੱਡੀ ਦੇ ਬੜੇ ਸ਼ੌਕੀਨ ਨੇ ਹੈ ਗਏ ਬਾਬਾ ਜੀ ਬਹੁਤ ਸ਼ੌਕੀਨ ਤੇ ਮੈਂ ਗੱਲ ਕਰਨਾ ਸੀ ਵਿੱਚ ਰਹਿ ਗਈ ਪਾਕਿਸਤਾਨ ਤੋਂ ਕਿਹੜੀ ਆਈ ਸਾਡੇ ਡਿਪਾਰਟਮੈਂਟ ਦੇ ਸਕਰੀ ਸੀ ਤੇ ਇਹਨਾਂ ਨੂੰ ਪਤਾ ਨਹੀਂ ਵੀ ਕੋਠੇ ਵੀ ਡਿਪਾਰਟਮੈਂਟ ਦੇ ਕਿਹੜਾ ਦੇ ਇਹਨਾਂ ਦਾ ਟੈਲੀਫੋਨ ਆ ਕਰਾਉਣ ਦਾ ਕਹਿੰਦੇ ਬਾਬਾ ਜੀ ਦੀ ਗੱਲ ਚਾਹ ਕੇ ਐਂਟਰੀ ਸੀ ਪਾਕਿਸਤਾਨ ਦੇ ਵਿੱਚ ਲਗੇ ਆਪਾਂ ਡੇਰੇ ਜਾਣੇ ਚਾਹੇ ਤੇ ਜਿਹੜਾ ਪੁੱਛਿਆ ਹਾਂ ਕੋਠੇ ਨੂੰ ਕਿੰਨਾ ਖਰਚਾ ਪਾਕਿਸਤਾਨ ਦੀ ਟੀਮ ਦਾ ਮੈਂ ਕਿਹਾ ਬਾਬਾ ਜੀ ਨਾ ਲੱਗਦੇ ਉਹਦਾ 7 ਲੱਖ ਰੁਪਇਆ ਮੈਂ ਘੱਟ ਕਰਾ ਕਹਿੰਦੇ ਇੰਨੀ ਜਿਹੜੀ ਮੈਂ ਰਹਿਣ ਮੇਰੀ ਵੀ ਚੱਲਦੀ ਹੈ ਨਹੀਂ ਕਹਿੰਦੇ ਨਹੀਂ ਚੱਲਦੀ ਫਿਰ ਬਾਬਾ ਜੀ ਆ ਕੇ ਟੀਮ ਨੂੰ ਆਇਆ ਪਰ ਟੀਮ ਫਿਰ ਸੇ ਗਵਰਨ ਗਈ ਹੈ ਹੋ ਗਿਆ ਆਪਾਂ ਟੈਕਸੀ ਸਾਹਿਬ ਚਾਰ ਫੇਰੇ ਡਰੈਕਟ ਲਗੇ ਉੱਚੇ ਉੱਚੇ ਬੈਠੇ ਨੇ ਕੋਠੇ ਦੁਨੀਆ ਚੜੀ ਗਿਆ ਇਹ ਦੁਨੀਆ ਦੇ ਚੜੀ ਤੇ ਮੈਂ ਆਪੇ ਨੇ ਜਦੋਂ ਕਰ ਰਿਹਾ ਘੱਟੋ ਘੱਟ ਗੱਡੀ ਜਿਹੜੀ ਕਰੀ ਆ ਉਹ ਪੌਣੇ ਪੌਣਾ ਦੀ ਦੋ ਕੀ ਉਹ ਪਰਾ ਛੱਡ ਕੇ ਆ ਇੰਨਾ ਰਸ਼ ਅੱਗੇ ਸਰਵਾਂ ਤੋਂ ਆ ਰਿਹਾ ਬੜੀ ਡੀਐਸਪੀ ਉਹ ਕਹਿੰਦਾ ਉਹ ਕਹਿੰਦਾ ਸੁਣੀ ਕਿਤੇ ਭੁੱਲ ਜਾਂਦੇ ਆ ਉਹ ਸਰਵਾਂ ਦੇ ਮੈਂ ਆ ਦੱਸ ਦੱਸ ਪਾਣੀ ਜੱਸਾ ਪੈਰ ਨੂੰ ਟੱਪੀ ਤੇ ਬਿੰਦਰ ਮੋੜ ਤਰਵਿੰਦਰ ਕਹਾਵੀ ਤੇ ਗੌਰਵ ਮਾਸੀ ਵਾਲਾ ਬਿੰਦਰ ਮਰੋੜ
चलने वाले नंगे पैरे वो बंदे छोड़ दे वहाँ नहीं दे आगे जाओ ये रूठ कर दा वो देखो इंडियन पुलिस सर्विस का मान बने और बहुत होते बने होते थे राज मारे पंजाब के विच वोट हुए प्रताप सिंह जी उस तो बाद उन्होंने सियासत के पहली गल पैर धरिया आम आदमी पार्टी में ज्वाइन किया पहली कुश्ती जी इन्हों की हुई है आम आदमी पार्टी वालों अपने प्रताप सिंह जी आए ने हम आप हाजरी कमल साहब ना लो क्योंकि हमने भगवान का मान बन ली बाबा जी की तमीज मैं देखे ठीक नहीं चाहिए ਆ ਗਏ ਉੱਥੇ ਕਮਲ ਸਾਹਿਬ ਕਹਿੰਦੇ ਤੁਸੀਂ ਕਿਹੜਾ ਕਰਾਓ